ਇਹ ਪਲੀਜ਼ ਦੱਸੋ ਮੈਨੂੰ ਕਿਉਂ ਕੀਤਾ ਤੁਸੀਂ। ਜਦੋਂ ਸਰਕਾਰਾਂ ਹੁੰਦੀਆਂ ਨੇ ਔਰ ਉਹ ਆਪਣੇ ਖੁਦ ਗਰਜ਼ ਬਣ ਜਾਣ ਔਰ ਉਹਨਾਂ ਬੰਦਿਆਂ ਨੂੰ ਬਣਾ ਲੈਣ ਬੁਢਾਪਾ ਪੈਨਸ਼ਨ ਦੇਣ ਵਾਸਤੇ ਜਿਹੜੇ ਘੱਟ ਉਮਰ ਦੇ ਨੇ, 20 ਸਾਲ ਦੇ, 30 ਸਾਲ ਦੇ, 40 ਸਾਲ ਦੇ, ਜਿੱਦਾਂ 65 ਸਾਲ ਦੀ ਉਮਰ ਹੁੰਦੀ ਹੈ ਬੁਢਾਪਾ, ਉਹਨੂੰ ਉਹ 70,000 ਅਸੀਂ ਕੱਟੇ ਨੇ। ਪਹਿਲਾਂ ਹੁੰਦੇ ਸੀ 19 ਲੱਖ ਬੰਦਿਆਂ ਨੂੰ ਜਿਹੜੀ ਪੈਨਸ਼ਨ ਮਿਲਦੀ ਸੀ, ਹੁਣ ਅਸੀਂ ਇਹਦੇ ਵਿੱਚ ਬੰਦੇ ਜੋੜ ਕੇ 25 ਲੱਖ ਕਰ ਦਿੱਤੇ, 70 ਖਰਾਬ ਕਢਾਤੇ ਔਰ 6 ਲੱਖ ਹੋਰ ਬਣਾਤਾ ਸੀ। 70,000 ਘਟਾਏ ਨੇ ਜੋ ਗਲਤ ਲੈ ਰਹੇ ਸੀ ਔਰ ਜੋ ਸਹੀ ਵਿਚਾਰੇ ਗਰੀਬ ਬੈਠੇ ਆਪਣੇ ਬਜ਼ੁਰਗ ਬੈਠੇ ਸੀ ਉਹਨਾਂ ਨੂੰ ਅਸੀਂ ਜੋੜਿਆ ਪਹਿਲੇ ਨਾਲੋਂ ਔਰ ਘਟਾਏ ਅਸੀਂ ਉਹ ਜਿਹੜੇ ਗਲਤ ਉਮਰ ਦੇ ਸੀ ਔਰ ਜਿਹਨਾਂ ਨੂੰ ਨਹੀਂ ਡਿਜ਼ਰਵਿੰਗ ਸੀ, ਜਿਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਕੱਟਿਆ ਸੀ। ਇਹ ਪਲੀਜ਼ ਦੱਸੋ ਮੈਨੂੰ ਕਿਉਂ ਕੀਤਾ ਤੁਸੀਂ। ਜਦੋਂ ਸਰਕਾਰਾਂ ਹੁੰਦੀਆਂ ਨੇ ਔਰ ਉਹ ਆਪਣੇ ਖੁਦ ਗਰਜ਼ ਬਣ ਜਾਣ ਔਰ ਉਹਨਾਂ ਬੰਦਿਆਂ ਨੂੰ ਬਣਾ ਲੈਣ ਬੁਢਾਪਾ ਪੈਨਸ਼ਨ ਦੇਣ ਵਾਸਤੇ ਜਿਹੜੇ ਘੱਟ ਉਮਰ ਦੇ ਨੇ, 20 ਸਾਲ ਦੇ, 30 ਸਾਲ ਦੇ, 40 ਸਾਲ ਦੇ, ਜਿੱਦਾਂ 65 ਸਾਲ ਦੀ ਉਮਰ ਹੁੰਦੀ ਹੈ ਬੁਢਾਪਾ, ਉਹਨੂੰ ਉਹ 70,000 ਅਸੀਂ ਕੱਟੇ ਨੇ। ਪਹਿਲਾਂ ਹੁੰਦੇ ਸੀ 19 ਲੱਖ ਬੰਦਿਆਂ ਨੂੰ ਜਿਹੜੀ ਪੈਨਸ਼ਨ ਮਿਲਦੀ ਸੀ, ਹੁਣ ਅਸੀਂ ਇਹਦੇ ਵਿੱਚ ਬੰਦੇ ਜੋੜ ਕੇ 25 ਲੱਖ ਕਰ ਦਿੱਤੇ, 70 ਖਰਾਬ ਕਢਾਤੇ ਔਰ 6 ਲੱਖ ਹੋਰ ਬਣਾਤਾ ਸੀ। 70,000 ਘਟਾਏ ਨੇ ਜੋ ਗਲਤ ਲੈ ਰਹੇ ਸੀ ਔਰ ਜੋ ਸਹੀ ਵਿਚਾਰੇ ਗਰੀਬ ਬੈਠੇ ਆਪਣੇ ਬਜ਼ੁਰਗ ਬੈਠੇ ਸੀ ਉਹਨਾਂ ਨੂੰ ਅਸੀਂ ਜੋੜਿਆ ਪਹਿਲੇ ਨਾਲੋਂ ਔਰ ਘਟਾਏ ਅਸੀਂ ਉਹ ਜਿਹੜੇ ਗਲਤ ਉਮਰ ਦੇ ਸੀ ਔਰ ਜਿਹਨਾਂ ਨੂੰ ਨਹੀਂ ਡਿਜ਼ਰਵਿੰਗ ਸੀ, ਜਿਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਕੱਟਿਆ ਸੀ। ਇਹ ਪਲੀਜ਼ ਦੱਸੋ ਮੈਨੂੰ ਕਿਉਂ ਕੀਤਾ ਤੁਸੀਂ। ਜਦੋਂ ਸਰਕਾਰਾਂ ਹੁੰਦੀਆਂ ਨੇ ਔਰ ਉਹ ਆਪਣੇ ਖੁਦ ਗਰਜ਼ ਬਣ ਜਾਣ ਔਰ ਉਹਨਾਂ ਬੰਦਿਆਂ ਨੂੰ ਬਣਾ ਲੈਣ ਬੁਢਾਪਾ ਪੈਨਸ਼ਨ ਦੇਣ ਵਾਸਤੇ ਜਿਹੜੇ ਘੱਟ ਉਮਰ ਦੇ ਨੇ, 20 ਸਾਲ ਦੇ, 30 ਸਾਲ ਦੇ, 40 ਸਾਲ ਦੇ, ਜਿੱਦਾਂ 65 ਸਾਲ ਦੀ ਉਮਰ ਹੁੰਦੀ ਹੈ ਬੁਢਾਪਾ, ਉਹਨੂੰ ਉਹ 70,000 ਅਸੀਂ ਕੱਟੇ ਨੇ। ਪਹਿਲਾਂ ਹੁੰਦੇ ਸੀ 19 ਲੱਖ ਬੰਦਿਆਂ ਨੂੰ ਜਿਹੜੀ ਪੈਨਸ਼ਨ ਮਿਲਦੀ ਸੀ, ਹੁਣ ਅਸੀਂ ਇਹਦੇ ਵਿੱਚ ਬੰਦੇ ਜੋੜ ਕੇ 25 ਲੱਖ ਕਰ ਦਿੱਤੇ, 70 ਖਰਾਬ ਕਢਾਤੇ ਔਰ 6 ਲੱਖ ਹੋਰ ਬਣਾਤਾ ਸੀ। 70,000 ਘਟਾਏ ਨੇ ਜੋ ਗਲਤ ਲੈ ਰਹੇ ਸੀ ਔਰ ਜੋ ਸਹੀ ਵਿਚਾਰੇ ਗਰੀਬ ਬੈਠੇ ਆਪਣੇ ਬਜ਼ੁਰਗ ਬੈਠੇ ਸੀ ਉਹਨਾਂ ਨੂੰ ਅਸੀਂ ਜੋੜਿਆ ਪਹਿਲੇ ਨਾਲੋਂ ਔਰ ਘਟਾਏ ਅਸੀਂ ਉਹ ਜਿਹੜੇ ਗਲਤ ਉਮਰ ਦੇ ਸੀ ਔਰ ਜਿਹਨਾਂ ਨੂੰ ਨਹੀਂ ਡਿਜ਼ਰਵਿੰਗ ਸੀ, ਜਿਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਕੱਟਿਆ ਸੀ।